الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين يا رب العالمين بحق محمد وعلى محمد قبل وآخر سلسلہ ذکر اعضا مستجاب فرما بانیان مجلس دے مرحومین اور مرحومات نو دامن آل محمد نے جگہ عطا فرما حاضرین مجلس دیاں پریشانیاں دور فرما ساڈے مریضان نو شفا عطا فرما ولای علی اور حب اہل بیت تے قائم و دائم فرما ولی الامر دا ظہور فرما بے رحمت کا یا ارحم الراحمین ہدیہ صلوات مقدس پاکیزہ ماحول جو اپنے اپنے مرحومین نو یاد کرو ایک صلوات ہونا بس جنہ دا پڑھن والا کوئی نہیں ایک صلوات انہاں دے سو بسم اللہ الرحمن الرحیم اما بعد فقد قال اللہ تبارک و تعالی فی کتابہ المجید و فرقان الحمید و قوله الحق بسم اللہ الرحمن الرحیم وما ارسلناک الا رحمتا للعالمین بواز بلند صلوات زی قدر زی عزت حاضرین مجلس اللہ دی ربوبیت دا بارڈر نہیں اور حضور دی رحمت دا بارڈر ان کے ہر شے دا بارڈر ہے مگر اللہ دی ربوبیت حضور دی رحمت اور علی دی ولایت دا کوئی بارڈر کوئی طولانی مجلس نہیں تھک گیا مینو آخیا نے بھی تسی پڑھنا ہے میں پڑھن والا کوئی نہیں تسی آ جاؤ میں آ کے تو اس کمرے بہ گیا علامہ صاحب اندر آ گئے نے ڈیڑھ گھنٹہ انہوں پڑھیا کوئی تقریباً 30-35 منٹ بانی ہوں اتنی وہ میری بھی طاقت نہیں یعنی کہ کافی قوت برداشت جڑی ہے مدافعت کم ہے تو بیٹھ بیٹھ کے ہی تھک گئے ہیں تھوڑا حوصلہ ہے بھائی تھی سارے اچھا تو مختصر جی مجلس کل پھر انشاءاللہ کوشش کریں گے ذرا جلدی پڑھنا جی ہاں بسم اللہ جی اچھا جی میرے واجب الاحترام حاضرین و سامعین مدبانہ گزارش ہے لڑائی جھگڑا نفرت حسد بغض چالاکی مکاری یہ کسے مسئلے دا حل ہے میری ذاکری دا ایک مشہور جملہ ہے بڑے عرصے بعد آج میرے ذہن جو آیا مدبانہ گزارش ہے کہ جنوں منیے انوں دا نہیں لائی دا جنوں منیے انوں دا نہیں لائی
ਜਾਂ ਤਾਂ ਹਜ਼ੂਰ ਦਾ ਕਲਮਾ ਹੀ ਨਾ ਪੜੋ, ਛੋੜ ਦਿਓ, ਮੌਜ ਕਰੋ। ਅਤੇ ਜਿਸ ਕਲਮਾ ਪੜ੍ਹਿਆ ਤਾਂ ਫਿਰ ਜੋ ਹਜ਼ੂਰ ਦਾ ਮਕਾਮ ਅੱਲਾ ਨੇ ਬਣਾਇਆ ਉਹ ਤਸਲੀਮ। ਵੈਸੇ ਵੀ ਕੁਰਾਨ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਯਾ ਅਯੁਹੱਲਜ਼ੀਨਾ ਆਮਨੂ ਸੱਲੂ ਅਲੈਹੀ ਵਸੱਲਿਮੂ ਤਸਲੀਮਾ, ਕਿ ਅਗਰ ਤੂੰ ਮੋਮਨ ਹੈ, ਅਗਰ ਤੂੰ ਸਾਹਿਬੇ ਈਮਾਨ ਹੈ ਤਾਂ ਫਿਰ ਮੇਰਾ ਹੁਕਮ ਸੁਣ ਲੈ, ਸੱਲੂ ਅਲੈਹੀ, ਜਿਸ ਖਾਨਦਾਨ ਪਾਕ ਤੇ ਸਲਵਾ ਤੇ ਸਿਰਫ ਸਲਾਮ ਕਰ ਸਕਣਾ ਹੈ ਔਰ ਤਸਲੀਮ ਕਰ ਸਕਣਾ ਹੈ, ਬਹਿਸ ਦਾ ਮੈਂ ਤੈਨੂੰ ਹੁਕਮ ਹੀ ਨਹੀਂ ਦਿੱਤਾ ਕਿ ਯਾਨੀ ਕਿ ਬਹਿਸ ਦਾ ਹੁਕਮ ਹੀ ਨਹੀਂ। ਪੂਰਾ ਕੁਰਾਨ ਪਿਆ ਵੀ ਕਿਧਰੇ ਹੁਕਮ ਆਇਆ ਹੋਵੇ ਬਈ ਇਸ ਘਰ 'ਤੇ ਬਹਿਸ ਕਰ, ਕਿਧਰੇ ਵੀ ਨਹੀਂ ਹੁਕਮ ਆਇਆ। ਫਿਰ ਬਹਿਸ ਕੈਸੀ ਹੈ, ਮੇਰੀ ਸਮਝ 'ਚੋਂ ਨਹੀਂ ਆ ਰਹੀ ਕਿ ਹਜ਼ੂਰ ਦੀਆਂ ਦੋ ਅੱਖਾਂ ਨੇ, ਸਾਡੀਆਂ ਵੀ ਦੋ ਅੱਖਾਂ ਨੇ, ਹਜ਼ੂਰ ਦੇ ਦੋ ਕੰਨ ਨੇ, ਸਾਡੇ ਵੀ ਦੋ ਕੰਨ ਨੇ। ਜ਼ਾਹਿਰਨ ਬਾ ਚੀਜ਼ਾਂ ਇੱਕ ਜੈਸੀਆਂ ਹੁੰਦੀਆਂ ਨੇ ਲੇਕਿਨ ਹਕੀਕਤ 'ਚੋਂ ਇੱਕ ਜੈਸੀਆਂ ਨਹੀਂ। ਉਸ ਮੈਂ ਇੱਕ ਦਲੀਲ ਦਿਆਂ, ਸਾਹਬਾ ਇਕਰਾਮ ਦਾ ਮਜਮਾ ਹੁੰਦਾ ਸੀ, ਹਜ਼ੂਰ ਕੁਰਾਨ ਪੜ੍ਹਾਉਂਦੇ ਸਨ, ਦੀਨ ਦੱਸਦੇ ਸਨ, ਸਭ ਨੌ ਮੁਸਲਿਮ ਸਨ, ਨਵੇਂ ਨਵੇਂ ਆਏ ਸਨ, ਤਾਂ ਉਹਨਾਂ ਦੇ ਮਜ਼ਹਬ ਪਹਿਲੇ ਤਾਂ ਹੋਰ ਸਨ, ਤਾਂ ਜ਼ਾਹਿਰ ਹੈ ਕਿ ਨਵੇਂ ਮਜ਼ਹਬ ਹੀ ਦਾਖਲ ਹੋਈਏ ਅਤੇ ਅਗਲੀ ਹਰ ਸ਼ੈ ਛੋੜ ਨਹੀਂ ਪਾਉਂਦੀ। ਤਾਂ ਅਜੇ ਰੰਗਰੂਟੀ ਦਾ ਦੌਰ ਸੀ, ਤਾਂ ਜਨਾਬੇ ਜਬਰੀਲ ਇਸ ਪਾਸੇ ਆਉਂਦੇ ਸੀ, ਸੱਜੇ ਪਾਸੇ ਬਾਬੇ ਜਬਰੀਲ ਮੌਜੂਦ ਹੈ ਮਦੀਨੇ ਮਸਜਿਦ ਨਬਵੀ, ਤਾਂ ਜਨਾਬੇ ਜਬਰੀਲ ਇਸ ਪਾਸੇ ਤਸ਼ਰੀਫ ਲਿਆਉਂਦੇ ਸੀ, ਹਜ਼ੂਰ 'ਤੇ ਸਲਾਮ ਕਰਨਾ, ਵੇਈ ਦੇਣੀ, ਸਲਾਮ ਕਰਨਾ, ਵਾਪਸ ਚਲੇ ਜਾਣਾ। ਸਵਾਮੇ ਕਿਰਾਮ ਰਿਜ਼ਵਾਨੁੱਲਾਹ ਅਲੈਹਿਮ ਅਜਮਾਇਨ ਵੀ ਉੱਥੇ ਬੈਠੇ ਹੁੰਦੇ ਸੀ, ਤਾਂ ਉਹਨਾਂ ਪੁੱਛਣਾ, ਯਾ ਰਸੂਲ ਅੱਲਾਹ, ਅਸੀਂ ਤਾਂ ਇੱਧੇ ਬੈਠੇ ਹਾਂ, ਤੁਸੀਂ ਕਿਹਦੇ ਨਾਲ ਮੁਖਾਤਬ ਸੋ? ਤਾਂ ਫਰਮਾਇਆ, ਸਈਦੁਲ ਮਲਾਇਕਾ ਜਬਰੀਲ ਆਏ ਸਨ ਵਹੀ ਲੈ ਕੇ, ਅਤੇ ਉਹ ਵਹੀ ਦੇ ਕੇ ਵਾਪਸ ਚਲੇ ਗਏ ਨੇ। ਤੁਹਾਨੂੰ ਖੁਦਾ ਦਾ ਵਾਸਤਾ ਹੈ ਸੁੰਨੀ ਦਿਓ ਬੰਦੀ ਵਾਲੇ ਅਧੀ ਸ਼ੀਆਂ ਨੂੰ ਵੀ ਜ਼ਿੱਦਾਂ ਲੈ ਕੇ ਬੈਠ ਗਏ ਹੋ, ਕੁਝ ਅਕਲ ਮੁਹੱਬਤ ਨਾਲ ਮਸਾਇਲ ਹੱਲ ਕਰੋ। ਅਗਰ ਸੁਹਾਬਾਂ ਦੇ ਕੰਨ ਔਰ ਅੱਖਾਂ ਔਰ ਨਬੀ ਦੇ ਕੰਨ ਔਰ ਅੱਖਾਂ ਇੱਕੋ ਜਿਹੀ ਆਣ ਅਤੇ ਜਬਰੀਲ ਹਜ਼ੂਰ ਨੂੰ ਨਜ਼ਰ ਆਇਆ, ਸੁਹਾਬਾਂ ਨੂੰ ਨਜ਼ਰ ਕਿਆ? ਬਈ ਬੈਠੇ ਤਾਂ ਇਕੱਠੇ ਹੀ ਸਨ ਨਾ, ਤੂੰ ਉਹਨਾਂ ਨਜ਼ਰ ਕਿਉਂ ਨਹੀਂ ਆਉਣੀ? ਕੁਝ ਚੀਜ਼ਾਂ ਅਕਲ ਨਾਲ ਹੱਲ ਕਰੀ ਦੀਆਂ ਨੇ, ਤਾਕਤ ਨਾਲ ਹੱਲ ਨਹੀਂ। ਮੇਰੀ ਸ਼ੇਅ ਸੁਣੀ ਭਾਈ, ਲੜੋ ਨਹੀਂ, ਔਰ ਖਾਸ ਕਰਕੇ ਸ਼ੀਆ ਹਜ਼ਰਾਤ ਅੱਗੇ ਮੇਰੀ ਬਹੁਤ ਮੁੱਦੇਬਾਨਾ ਗੁਜ਼ਾਰਿਸ਼ ਹੈ, ਇਲਤਜਾ ਹੈ ਕਿ ਤੁਸੀਂ ਬਿਲਕੁਲ ਹੀ ਸ਼ਿੱਦਤ ਪਸੰਦੀ ਨਾ ਅਪਣਾਓ, ਸ਼ਿੱਦਤ ਦੀ ਜਗ੍ਹਾ ਮੁਹੱਬਤ ਲੈ ਕੇ ਆਓ। ਜਿਹੜੇ ਲੋਕ ਲਾ ਇਲਮ ਨੇ, ਆਪਣੀ ਮੁਹੱਬਤ ਨਾਲ ਉਹਨਾਂ ਤੱਕ ਇਲਮ ਪਹੁੰਚਾਓ ਤਾਂ ਕਿ ਤੁਸੀਂ ਵੀ ਦੀਨ ਦੇ ਮੁਬੱਲਿਗ ਹੋਣ ਦਾ ਇਜ਼ਾਜ਼ ਹਾਸਲ ਕਰ ਸਕੋ। ਮੌਜ਼ਾ ਏ ਹਸਨਾ, ਜੈਸਾ ਕਿ ਹਜ਼ੂਰ ਦਾ ਤਰੀਕਾ ਸੀ, ਹਜ਼ੂਰ ਕਿਸੇ ਨੂੰ ਗਾਲੀ ਨਹੀਂ ਸਣ ਦਿੰਦੇ, ਜਬਰ ਨਹੀਂ ਸਣ ਕਰਦੇ, ਇਕਰਾਹ ਨਹੀਂ ਸਣ ਕਰਦੇ, ਹਜ਼ੂਰ ਪਿਆਰ ਨਾਲ ਦੱਸਦੇ ਸਨ, ਲੋਕਾਂ ਮੁਹੱਬਤ ਨਾਲ ਦੱਸਦੇ। ਨਸਰਾਨੀ ਦਾਊਦੀ ਔਰ ਯਹੂਦੀ ਮੌਲਵੀ ਆਏ ਹਜ਼ੂਰ ਨਾਲ ਮਦੀਨੇ 'ਚ ਮੁਨਾਜ਼ਰਾ ਕਰਨ, ਔਰ ਸਹੁਰੇ ਰਸਤੇ ਤਿਆਰੀ ਕਰਦੇ ਆਏ
ਕਿ ਇਹ ਆਖਾਂਗੇ ਇਹ ਆਖਾਂਗੇ ਇਹ ਆਖਾਂਗੇ ਆਜਿਸ ਕਰਕੇ ਆਵਾਂਗੇ ਮੁਹੰਮਦ ਨੂੰ ਜਿੱਤ ਕੇ ਆਵਾਂਗੇ ਮੁਨਾਜ਼ਰਾ ਯਾਨੀ ਕਿ ਇੱਕ ਪਾਲੀਸੀ ਉਹਨਾਂ ਦੇ ਜਿਸ ਮਦੀਨੇ ਆਏ ਤਾਂ ਉਹਨਾਂ ਹਜ਼ੂਰ ਨੂੰ ਪੁੱਛਿਆ ਲੋਕਾਂ ਨੇ ਦੱਸਿਆ ਤਾਂ ਉਹਨਾਂ ਕਿਹਾ ਜੀ ਅਸੀਂ ਮੁਨਾਜ਼ਰਾ ਕਰਨਾ ਆ ਹਜ਼ੂਰ ਕਿਹਾ ਵੀ ਮੈਂ ਇੱਥੇ ਹੀ ਹਾਂ ਇਤਫਾਕ ਨਾਲ ਮੈਂ ਕਿਧਰੇ ਜਾਣਾ ਨਹੀਂ ਤੁਸੀਂ ਲੰਬਾ ਸਫ਼ਰ ਕਰਕੇ ਆਇਓ ਤਰਾਏ ਦਿਨ ਜਿਹੜਾ ਇਸਲਾਮ ਮੇਰਾ ਹੈ ਜਿਹੜਾ ਮੇਰੇ 'ਤੇ ਨਾਜ਼ਲ ਹੋਇਆ ਉਹ ਤਰਾਏ ਦਿਨ ਕੋਈ ਬੰਦਾ ਵੀ ਹੋਵੇ ਤਾਂ ਉਸਨੂੰ ਮਹਿਮਾਨ ਦੇ ਜ਼ੁਮਰੇ 'ਚ ਲਿਆਉਂਦਾ ਲਿਹਾਜ਼ਾ ਤੁਸੀਂ ਤਰਾਏ ਦਿਨ 'ਤੇ ਮੇਰੇ ਮਹਿਮਾਨ ਹੋਣ ਚੌਥੇ ਦਿਨ ਫਿਰ ਕਰ ਲਾਂਗੇ ਤੋ ਉਹਨਾਂ ਦੀਆਂ ਸਵਾਰੀਆਂ ਨੂੰ ਚਾਰਾ ਦਿੱਤਾ ਔਰ ਉਹਨਾਂ ਵਾਸਤੇ ਖਾਣੇ ਦਾ ਹੁਕਮ ਦਿੱਤਾ ਬਹੁਤ ਪਿਆਰ ਨਾਲ ਸੁਣਨ ਵਾਲੀ ਗੱਲ ਹਜ਼ੂਰ ਦੀ ਸੀਰਤ ਵੇਖੋ ਇਹ ਗਾਲੀ ਗਲੋਚ ਬਨੂ ਉਮਈਆ ਦਾ ਤਰੀਕਾ ਹੈ ਬਨੂ ਹਾਸ਼ਮ ਦਾ ਤਰੀਕਾ ਨਹੀਂ ਸਾਨੂੰ ਉਮਈਆ ਦਾ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਤੋ ਜਿਸੇ ਖਾਣਾ ਤਿਆਰ ਹੋ ਗਿਆ ਤੋ ਹਜ਼ੂਰ ਨੇ ਕਿਹਾ ਜਿਹੜਾ ਇਸਲਾਮ ਮੇਰੇ 'ਤੇ ਨਾਜ਼ਲ ਹੋਇਆ ਉਹ ਇਸਲਾਮ ਹੁਕਮ ਦਿੰਦਾ ਹੈ ਕਿ ਖਾਣੇ ਤੋਂ ਪਹਿਲੇ ਬੋਲੋ ਸਾਰਿਆਂ ਨੂੰ ਪਤਾ ਸਮਝ ਆ ਗਈ ਸਭ ਹੱਥ ਧੋ ਉਹਨੇ ਕਿਹਾ ਤਾਂ ਬਹੁਤ ਅੱਛੀ ਬਾਤ ਤੋ ਹਜ਼ੂਰ ਨੇ ਪਾਣੀ ਦਾ ਬਰਤਨ ਖੁਦ ਫੜ ਲਿਆ ਤੋ ਸਵਾਮੀ ਕਰਾਮ ਨੇ ਕਿਹਾ ਯਾ ਰਸੂਲਾ ਉਹਨਾਂ ਸੰਨ ਦਿਓ ਤੋ ਪੈਗੰਬਰ ਮੁਸਕਰਾ ਕੇ ਫਰਮਾਇਆ ਬਈ ਅਗਰ ਤੁਹਾਡੇ ਮਹਿਮਾਨ ਨੇ ਤਾਂ ਤੁਸੀਂ ਹੱਥ ਧੁਆ ਲਓ ਜੇ ਮੇਰੇ ਮਹਿਮਾਨ ਨੇ ਤੋ ਤੁਸੀਂ ਯਕੀਨ ਕਰੋ ਉਹਨਾਂ ਨੇ ਉੱਥੇ ਹੀ ਕਲਮਾ ਪੜ ਲਿਆ ਸਖਤੀ ਇਮਾਮ ਔਰ ਨਬੀ ਦੇ ਹੁਕਮ ਨਾਲ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਹੁਣ ਜ਼ਰਾ ਮੁਹੱਬਤ ਨਾਲ ਸਮਾਂ ਛੋ ਅੱਛਾ ਜੀ ਅਦਬੇ ਮੁਸਤਫਾ ਹਜ਼ੂਰ ਦੇ ਬਾਰੇ ਗੱਲਾਂ ਨੇ ਕੁਰਾਨ 'ਚ ਕਿਹਾ ਕਿ ਐ ਈਮਾਨ ਵਾਲੋ ਬੋਲੋ ਹਾਂ ਹੁਣ ਥੱਕ ਗਏ ਹੋ ਮੇਰੀ ਵਾਰੀ ਬੋਲਦੇ ਹੈ ਈਮਾਨ ਵਾਲੋ ਆਪਣੀ ਆਵਾਜ਼ ਨਬੀ ਕੀ ਆਵਾਜ਼ ਸੇ ਬੁਲੰਦ ਨਾ ਕਰੋ ਬੋਲਣਾ ਜ਼ਾਤ ਨਹੀਂ ਬੋਲਣਾ ਸਿਫਤ ਹੈ ਜ਼ਾਤ ਔਰ ਹੈ ਅਤੇ ਸਿਫਤ ਬੋਲਣਾ ਜ਼ਾਤ ਨਹੀਂ ਹਰ ਇਨਸਾਨ ਬੋਲਦਾ ਬੋਲਣਾ ਸਿਫਤ ਹੈ ਹੁਣ ਖੁਦਾ ਜਾਣੇ ਜੁਮਲਾ ਜ਼ਾਇਆ ਹੁੰਦਾ ਹੈ ਜਾਂ ਕਬੂਲ ਕਰਦੇ ਹੋ ਅਤੇ ਤੁਹਾਡੀ ਡਿਪੈਂਡ ਕਰਦਾ ਤੁਹਾਡੇ 'ਤੇ ਜਿਹੜਾ ਅੱਲਾ ਹਜ਼ੂਰ ਦੀ ਸਿਫਤ 'ਚ ਕਿਸੇ ਨੂੰ ਮੁਕਾਬਲੇ ਦੀ ਇਜਾਜ਼ਤ ਨਹੀਂ ਦਿੰਦਾ ਉਹ ਜ਼ਾਤ 'ਚ ਕਿਵੇਂ ਇਜਾਜ਼ਤ ਦੇ ਰਿਹਾ ਹੈ ਯਾਨੀ ਕਿ ਬੋਲਣਾ ਬੋਲਣਾ ਸਿਫਤ ਹੈ ਤੋ ਜਿਸ ਸਿਫਤ ਦੀ ਇਜਾਜ਼ਤ ਨਹੀਂ ਤੋ ਜ਼ਾਤ ਦੀ ਬਰਾਬਰੀ ਦੀ ਇਜਾਜ਼ਤ ਹੈ ਅੱਛਾ ਫਿਰ ਆਦਮ ਤੋਂ ਲੈ ਕੇ ਈਸਾ ਤੱਕ ਸਾਰੇ ਨਬੀ ਨੇ ਕਿਸੇ ਨਬੀ ਦਾ ਇੱਕ ਕੌਲ ਵਿਖਾ ਦਿਓ ਕਿਸੇ ਨਬੀ ਆਖਿਆ ਹੋਵੇ ਮੈਂ ਮੁਹੰਮਦ ਜੈਸਾ ਜਾਂ ਮੁਹੰਮਦ ਮੇਰੇ ਗੁੰਜਾਇਸ਼ ਹੀ ਨਹੀਂ ਔਰ ਫਿਰ ਫਰਮਾਇਆ ਐ ਈਮਾਨ ਵਾਲੋ ਤੁਮ ਜ਼ਿਆਦਾ ਦੇਰ ਨਬੀ ਕੇ ਦਰਵਾਜ਼ੇ ਪਰ ਮਤ ਰੁਕੋ ਤੁਮਾਰਾ ਜ਼ਿਆਦਾ ਰੁਕਣਾ ਮੇਰੇ ਨਬੀ ਕੋ
تکلیف دیتا ہے جو میں برداشت نہیں کر رہا. جڑا نہیں بولے گا وہ یا تھکاوٹ ہوئے گی یا ان سمجھ نہیں آئے گی یا ویسے عادت نہیں بولن دی, ورنہ ہر شخص جملے تو بولے گا. دوانوں قسم ہے اپنی ماں کی پاک تھائی دی جڑے تشریف فرماؤ, تھوڑا جہا پیار نال سوچو. ایک وہ نے جنہ دا دروازے تے کھلونا برداشت نہیں, تے ایک وہ نے جنہ دا آنا سجدے چ بھی برداشت ہے. ایک وہ نے جنہ دا دروازے تے کھلونا بھی برداشت نہیں, تے ایک وہ نے جنہ واسطے سجدہ بھی لمبا برداشت. اور بہت قابل توجہ پھر اللہ پاک نے فرمایا, اے ایمان والو, تم نبی کے گھر کی اشیاء کو, کس نو اشیاء تو مراد تھوڑے ذہن چکی ہے, برتن, بسترے, چارپائی, بس یہی سامان ہوتا ہے نا. وہ کوئی سائنس کا دور تو نہیں سی, وہ فریج سی, فریج بھی تو اشیاء ہی ہے. فرمایا, اے ایمان والو, تم نبی کے گھر کی اشیاء کو آنکھیں بھر کر نہ دیکھو. حق میرا بنتا ہے کہ میں پانچ منٹ چپ رہا ہوں تو تسی بولو, مگر جتنا بھی بولو گے ٹھیک بولو گے. اے ایمان والو, تم نبی کے گھر کی اشیاء کو آنکھیں بھر کر مت دیکھو, خدا واسطے ترس کر. جیڑا تینوں اکھاں بھر کے نبی دے برتن نہیں ویکھن دینا, توں اودے غیران دیاں شادیاں پیا کرنا ہے. اللہ پوچھے گا تے صحیح میں آکھیا کی ہے تے توں سمجھیا. اور پھر فرمایا, اے ایمان والو, چلتے چلتے دوران سفر اس بات کا خیال رکھنا کہ تمہارا قدم میرے نبی کے قدم سے آگے نہ نکل جائے, اور اگر نکل گیا تو حابطت اعمالکم, میں تمہارے اعمال ضبط نہیں. ضبط اور حبت وچ فرق, دو بھی عربی دے لفظ نے, ضبط بھی عربی دا لفظ ہے, حبت بھی عربی. ضبط, میں روڈ تے اوور سپیڈ جا رہا, محکمے دے افسر نے مین روکیا اور اس نے میرا چلان کر دیتا ہے, 750 روپیہ چلان چٹ دے دیتی ہے, اور میرا لسنس یا گڈی دی کاپی اپنے کول رکھ لیے, اتے تاریخ پاتی ہے. میں اس تاریخ تے دفتر گیا, میں جرمانہ دیتا ہے تے لسنس, بولو نا, ہاں واپس لے لیا. اس نو آکھیا جاندا ہے ضبط, کہ جرمانہ دیو تے لے لو. کوئی دن واسطے ضبط ہویا, جرمانہ دیتا, واپس مل گیا. حبر, اس نے میرے سامنے بھا لا دیتی, جلا دیتا. یہ ضبط نہیں, یہ حبت ہے.
अल्लाह पे फरमांदे टुरन लगे हाँ जिदा कदम मेरे महबूब से एक इंच भी आगे निकला तो मैं अमाल जबत नहीं करूंगा। भाई शियां छोड़ो, कुरान कह रहे हैं असल फटा है बड़िया जी शियां ने किया, वो खुदा दे बंदे कुरान कह रहे हैं, ऐसी कौन उन्हें कहना। अच्छा जी, जैसे किसी गल का जवाब ना आया था कहो शियां छोड़ो, भाई शियां वाकई छोड़ दो, कुरान नू तो ना छोड़ो। की माहौल बनेगा जुमले के बाद, कितनी मुहब्बत आएगी उस जुमले के बाद ही फैसला होएगा। एक कदम होए जेड़ा मिट्टी ते दौराने सफर जमीन ते हजूर तो अगे एक इंच निकल जाए, अल्लाह दा मैं अमाल हबत कर लांगा। एक कदम होए जेड़ा जमीन तो एक इंच अगे निकले ते अमाल हबत हो जाते हैं। एक कदम होए जेड़ा मोहरे नबूवत दे उत्ते आउंदा है, कोई समझ आ रही है गल दी? असूल कैदे कुलिये दी पढ़ाई, दलील दी पढ़ाई, सीना जोरी दी पढ़ाई नहीं होंदी। वो अपने मिंबर ते तुसी कर सकते हो, मुखालफ उसनो तस्लीम। दलील एक ऐसी ताकत है जिन मुखालफ भी मजबूर हो जाए। भाई कदम होए जिहड़ा जमीन तो भी एक इंच अगे निकले, नाकाबले बर्दाश्त है। और कुछ कदम होने जेड़े मोरे नबूते आते ने, और कोई उसकी जो ऐब हरज नहीं, बल्कि कुरान की ऐत बनती ला उकसिम बिहाज़ल वलद, मुझे कसम है उस मिट्टी की। अल्लाह कुरान चो फरमा, मुझे कसम है उस मिट्टी की जहां मेरे महबूब तेरा कदम आया। टुरिया ते आदम भी है, टुरिया ते नूह भी है, टुरिया ते इब्राहिम भी है, टुरिया ते इस्माइल भी है। ओ खुदा दे बंदे की किस किस चक्कर नू पै गए, किड़ा नबी नहीं टुर। अल्लाह किसे दे टुरन की कसम ते नहीं चाहे। फरमाया ला उकसिम बिहाज़ल बल्द, मुझे कसम है उस मिट्टी की जहां तुम्हारा, जे गुस्सा ना करो तो पैर थले तो जुती होंगी है। मस्जिद बारगाह दे टुरन की गल नहीं हो रही, गली दे टुरन की गल हो रही, जुती दे थले मिट्टी है। और यही वजह है कि जदन हजूर मेराज ते गए तो जिस खास मकाम आया जिथे कोई अज तक नहीं गया ते ना कोई जा सकता है, जदन उत्थे पहुंचे तो हजूर ने इरादा किया कि मैं जुत्ती ला दें, तो अल्लाह की आवाज आई मैं कसमा चाहता फिरना तू लांदा फिरना। जिमें इलामा साहब कह रहे सन कि इल्मे कलाम का होना जरूरी है, मैं इस तरह कह रहा कि इल्मुल इरफान का होना जरूरी है। इल्मुल इरफान तो बगैर मुहम्मद वाले मुहम्मद समझ आ सकते जी, सिद्क व सफा। बिल्कुल अच्छा जी, बात खत्म करिए। यहूदो निसारा दे कुछ छोकरे, छोकरे समझ पाए, मुल्तानी जुबान तो मैं जरा नावाकफ हाँ, तो मैं इस वास्ते अपना लफ्ज आख्या
ਅਗਰ ਇਹਦਾ ਮੁਤਬਾਦਲ ਕੋਈ ਤੁਸੀਂ ਦੇ ਦਿਓ ਤਾਂ ਮੈਂ ਉਹ ਆਖ ਦਿੰਦਾ ਜੀ। ਬਾਲ ਤਾਂ ਬਹੁਤ ਛੋਟੇ ਨਹੀਂ ਹੁੰਦੇ, ਯਾਨੀ ਕਿ ਐਂ ਕੋਈ 17-18 ਸਾਲ ਦੇ। ਅੱਛਾ ਅਨਿੰਗਾ, ਚਲੋ ਚਲੋ ਠੀਕ ਹੋ ਗਿਆ ਜੀ, ਸਮਝ ਆ ਗਈ ਗੱਲ ਤਿਆਰ ਮੈਂ ਸਮਝਦਾ। ਅੱਛਾ ਉਹ ਐਵੇਂ ਹਜ਼ੂਰ ਬੈਠੇ ਹੋਣ ਨਾ ਤਾਂ ਉਹ ਕੋਲੋਂ ਗੁਜ਼ਰਨ ਹਜ਼ੂਰ ਦਿਓ, ਅਤੇ ਹਜ਼ੂਰ ਨੂੰ ਕੋਸ਼ਿਸ਼ ਕਰਨ ਤੰਗ ਕਰਨ ਦੀ, ਬਈ ਯੂਸਫ ਬੜਾ ਸੋਹਣਾ ਆਈ, ਬੜਾ ਹੀ ਸੋਹਣਾ ਆਈ ਯੂਸਫ, ਰੋਜ਼ ਹਜ਼ੂਰ ਨੂੰ ਸੁਣਾ ਕਿ ਯੂਸਫ ਬੜਾ ਸੋਹਣਾ ਸੀ। ਇੱਕ ਦਿਨ ਹਜ਼ੂਰ ਨੇ ਕਿਹਾ ਮੇਰਾ ਅੱਲਾ ਇਹ ਯਹੂਦੋ ਨਿਸਾਰਾ ਦੇ ਨਿੰਗਰ ਇਹ ਮੈਨੂੰ ਰੋਜ਼ ਸੁਣਾਉਂਦੇ ਨੇ ਕਿ ਯੂਸਫ ਬੜਾ ਸੋਹਣਾ ਸੀ। ਫਰਮਾਇਆ ਕੱਲ੍ਹ ਜਿਸ ਵਕਤ ਆਉਣਾ ਅਤੇ ਉਹਨਾਂ ਨੂੰ ਕੋਲ ਬਿਠਾ ਲੈਣਾ, ਜਿਸ ਬੈਠ ਜਾਣ 'ਤੇ ਆਖੋ ਬਈ ਹਰ ਦਾਅਵੇ ਦੀ ਦਲੀਲ ਹੁੰਦੀ ਹੈ, ਯੂਸਫ ਜੋ ਬੜਾ ਸੋਹਣਾ ਆਈ ਉਹਦੇ ਹੁਸਨ ਦੀ ਦਲੀਲ ਦਿਓ। ਉਹ ਆਏ ਉਹਨਾਂ ਕਿਹਾ ਯੂਸਫ ਬੜਾ ਸੋਹਣਾ ਸੀ। ਹਜ਼ੂਰ ਕਿਹਾ ਬਈ ਰੋਜ਼ ਤੁਸੀਂ ਇਹ ਗੱਲ ਕਰਦੇ ਹੋ, ਦਾਅਵਾ ਕਰਦੇ ਹੋ, ਦਲੀਲ ਕੋਈ ਨਾ ਦਿੰਦੇ, ਆਓ ਜ਼ਰਾ ਬੈਠ ਕੇ ਦਲੀਲ ਦਿਓ। ਉਹਨਾਂ ਨੇ ਦਲੀਲ ਕੰਮ ਬਖਤਾਂ ਨੇ ਕੀ ਦਿੱਤੀ, ਉਹਨਾਂ ਕਿਹਾ ਜੀ ਯੂਸਫ ਐਡਾ ਸੋਹਣਾ ਆਈ ਉਸ 'ਤੇ ਜ਼ੁਲੈਖਾ ਆਸ਼ਕ ਨਾ ਹੀ ਹੋਈ, ਮੇਰਾ ਲੈ ਆਉਂਦੇ ਨੇ ਉਸ 'ਤੇ ਮਿਸਰ ਦੀ ਇੱਕ ਔਰਤ ਆਸ਼ਕ ਹੋ ਗਈ। ਆਵਾਜ਼ ਕੁਦਰਤ ਆਈ ਇਹਨਾਂ ਬਦਤਮੀਜ਼ਾਂ ਨੂੰ ਪੁੱਛ, ਜਿਸ 'ਤੇ ਇੱਕ ਕਾਫਰ ਔਰਤ ਆਸ਼ਕ ਹੋ ਜਾਏ ਉਹ ਚੋਖਾ ਸੋਹਣਾ ਹੈ ਜਾਂ ਜਿਸ 'ਤੇ ਪੂਰੀ ਕਾਇਨਾਤ ਦਾ ਖਾਲਕ ਆਸ਼ਕ ਹੋ ਜਾਏ ਉਹ ਚੋਖਾ। ਹਿੰਮਤ ਨਾਲ ਬੋਲੋ, ਸਾਰੇ ਬੋਲੋ ਹੈਦਰੀ। ਅਤੇ ਫਿਰ ਇਹਨਾਂ ਨੂੰ ਪੁੱਛ ਵੀ ਕੋਈ ਤੌਰਾਤ ਜ਼ਬੂਰ ਇੰਜੀਲ 'ਚੋਂ ਯੂਸਫ ਦੀ ਕੋਈ ਕਸਮ ਜਾਈ ਹੋਵੇ। ਮੈਨੂੰ ਯੂਸਫ ਦੀਆਂ ਵਾਲਾਂ ਦੀ ਕਸਮ ਹੈ, ਹਾਲਾਂਕਿ ਸੁਨਹਿਰੀ ਵਾਲ ਸਨ, ਮੈਨੂੰ ਯੂਸਫ ਦੀਆਂ ਅੱਖਾਂ ਦੀ ਕਸਮ ਹੈ, ਮੈਨੂੰ ਯੂਸਫ ਦੇ ਰੁਖਸਾਰਿਆਂ ਦੀ ਕਸਮ ਹੈ, ਮੈਨੂੰ ਯੂਸਫ ਦੇ ਚਿਹਰੇ ਦੀ ਕਸਮ ਹੈ, ਕੋਈ ਕਸਮ ਵਿਖਾ ਦੇ ਕਿਸੇ ਨਬੀ ਦੀ ਅੱਲਾ ਕਸਮ ਨਹੀਂ ਜੀ, ਕਿਸੇ ਦੀ ਕਸਮ। ਔਰ ਕਿਸੇ ਦੇ ਅਮਲ ਨੂੰ ਆਪਣਾ ਅਮਲ ਵੀ ਨਹੀਂ ਆਖਿਆ। ਮੌਲੀ ਸਾਹਿਬ ਨੇ ਬਹੁਤ ਥੋੜ੍ਹਾ ਲੰਮਾ ਪੜ੍ਹਿਆ ਮਗਰ ਤਕਰੀਰ ਬਹੁਤ ਅੱਛੀ ਕੀਤੀ। ਥੋੜ੍ਹਾ ਜਿਹਾ ਹੈ ਕਿ ਖਿਆਲ ਕਰਨਾ ਚਾਹੀਦਾ ਫਿਰ ਸਾਰਿਆਂ ਪੜ੍ਹਨਾ ਹੁੰਦਾ, ਕਿਉਂਕਿ ਜ਼ਿਕਰ ਜਿਹੜਾ ਹੈ ਇਹ ਕੋਈ ਡੇਢ ਦੋ ਢਾਈ ਤਰੇ ਪੰਜ ਛੇ ਘੰਟੇ ਪੜ੍ਹਨ ਨਾਲ ਮੁੱਕਣ ਵਾਲਾ ਜਾਂ ਤਾਂ ਹੋਵੇ ਨਾ, ਬੰਦਾ ਲਾਲਚ ਲਵੇ ਮੈਂ ਡੇਢ ਘੰਟਾ ਪੜ੍ਹਾਂ ਅਤੇ ਜ਼ਿਕਰ ਮੁੱਕ ਜਾਏਗਾ, ਇਹ ਨਹੀਂ ਮੁੱਕਦਾ। ਤਾਂ ਉਹਦਾ ਰੱਫੜਨ ਵਾਲਿਆਂ ਦਾ ਖਿਆਲ ਕਰਨਾ ਚਾਹੀਦਾ। ਕੁਝ ਉਂਝ ਯਾਰ ਬੰਦਾ ਟੈਨਸ਼ਨ 'ਚ ਹੋਏ, ਮੁਲਕੀ ਹਾਲਾਤ ਵੀ ਅੱਛੇ ਨਹੀਂ, ਕੋਈ ਦੁਆ ਫਰਮਾਓ ਅੱਲਾ ਮੁਲਕ ਦੇ ਹਾਲਾਤ ਠੀਕ ਕਰੇ। ਪਤਾ ਨਹੀਂ ਕਿਤਨੇ ਬੱਚੇ ਬੱਚੀਆਂ ਸਫ਼ਰ 'ਚੋਂ, ਕਿਤਨੀਆਂ ਮਜ਼ਦੂਰਾਂ ਸਫ਼ਰ 'ਚੋਂ, ਰੋਡ ਬੰਦ ਨੇ, ਔਰ ਜਿਹੜਾ ਬੰਦਾ ਪਰਦੇਸ 'ਚ ਹੋਏ ਪਤਾ ਉਸਨੂੰ ਆਉਂਦਾ ਹੈ, ਜਿਹਦੇ ਸਿਰ 'ਤੇ ਆਵੇ ਪਤਾ ਉਸਨੂੰ। ਅੱਜ ਖੁਦਾ ਹੁੰਦੇ ਆਲਮ ਰਹਿਮ ਫਰਮਾ। ਹਾਂ ਅਸੀਂ ਮਸਕੀਨ ਦੁਆ ਹੀ ਕਰ ਸਕਦੇ ਹਾਂ, ਹੋਰ ਅਸਾਂ ਕੀ ਕਰਨਾ। ਮੌਲਵੀਆਂ ਦੀ ਤਾਕਤ ਬਹੁਤ ਜ਼ਿਆਦਾ ਹੈ, ਇਹ ਇਕੱਠੇ ਹੋ ਜਾਣ ਅਤੇ ਰਸੂਲ ਦੇ ਪੁੱਤਰ ਨੂੰ ਮਰਵਾ ਦਿੰਦੇ ਨੇ। ਬਾਤ ਸਮੇਟੀਏ ਜੀ, ਕਿਹੜਾ ਨਬੀ ਹੈ ਜਿਨ ਅੱਲਾਹ ਨੇ ਨਹੀਂ ਆਖਿਆ ਕਿ ਇਸ ਤਰ੍ਹਾਂ ਕਰ? ਆਦਮ ਨੂੰ ਕਿਹਾ ਤੂੰ ਸ਼ਜਰੇ ਦੇ ਕਰੀਬ, ਉੱਚਾ ਬੋਲੋ ਤੂੰ ਨਹੀਂ ਜਾਣਾ। ਨੂਨ ਕਿਹਾ ਕਸ਼ਤੀ ਮੇਰੀਆਂ ਅੱਖਾਂ ਦੇ ਸਾਹਮਣੇ ਬਣਾ ਔਰ ਮੇਰੀ ਵਹੀ ਨਾਲ ਬਣਾ, ਕਿੱਲ ਉੱਥੇ ਲਾਈ ਜਿੱਥੇ ਮੈਂ ਵਹੀ ਕਰਾਂ। ਇਹ ਨਿਜਾਤ ਦੀ ਕਸ਼ਤੀ ਹੈ, ਖੁਦਾ ਦੇ ਬੰਦਿਆਂ ਨਿਜਾਤ ਦੀ ਕਸ਼ਤੀ
ਵੋਟਾਂ ਨਾਲ ਨਹੀਂ ਬਣਦੀ, ਅੱਲਾ ਦੀ ਵਹੀ ਨਾਲ। ਔਰ ਫਿਰ ਜਨਾਬ ਯੂਨੁਸ ਨੂੰ ਨਹੀਂ ਆਖਿਆ ਨਾ ਕਰ, ਹਰ ਨਬੀ ਨੇ ਅੱਲਾ ਨਹੀਂ ਕਿਹਾ ਤਰਕੇ ਔਰ ਐ ਨਾ ਕਰ ਐ ਨਾ ਕਰ। ਜਦਣ ਇਹ 14 ਆਏ ਨੇ ਤਮਾਮ ਅੰਬਿਆ ਦੀ ਰੂਹ ਨੇ ਕਿਹਾ ਮੇਰਾ ਅੱਲਾ ਸਨ ਤੂੰ ਕਈਆਂ ਗੱਲਾਂ ਤੋਂ ਰੋਕਿਆ, ਐ ਕਰ ਐ ਨਾ ਕਰ, ਐ ਕਰ ਐ ਨਾ ਕਰ, ਐ ਕਰ ਐ ਨਾ ਕਰ, ਐ 14 ਤੂੰ ਨਹੀਂ ਆਖ ਰਿਹਾ। ਤੋ ਅੱਲਾ ਨੇ ਜਵਾਬ 'ਚ ਫਰਮਾਇਆ ਮਾ ਤਸ਼ਾ ਉਨਾ ਇਲਾ ਹੀ ਇਸ਼ਾ ਅੱਲਾ, ਮੌਕਾ ਦੇਣ 'ਤੇ ਆਖਾਂ ਇਹ ਕਰਦੇ ਹੀ ਉਹ ਨੇ ਜੋ ਮੈਂ ਚਾਹੁੰਦਾ। ਉਜਾ ਬੋਲੋ ਹੈਦਰੀ, ਤੋ ਮਰਕਜ਼ ਇਹ ਨੇ ਤੌਹੀਦ ਤੱਕ ਲਿਜਾਣ ਵਾਲੇ ਵੀ ਇਹ ਨੇ ਬਾਈ। ਕਿਵੇਂ ਤੁਹਾਨੂੰ ਪਤਾ ਲੱਗ ਗਿਆ ਅੱਲਾ ਦਾ? ਐਡੇ ਤੁਸੀਂ ਮੌਤ ਮਾਰੋ, ਅੱਲਾ ਤੁਹਾਡੇ ਨਾਲ ਬੋਲਿਆ ਹੀ ਨਹੀਂ। ਦੇ ਕੇ ਉੱਚੀਆਂ ਬਾਂਗਾਂ ਸ਼ੁਰ ਅੱਲਾ ਇਲਾਹ ਇਲੱਲਾ ਸ਼ੁਰ ਅੱਲਾ, ਕਦੋਂ ਤੇਰੇ ਨਾਲ ਬੋਲਿਆ? ਇਸ ਕਾਰਨ ਨਾਲ ਉਹਨਾਂ ਨੇ ਸਨ ਦੱਸਿਆ। ਔਰ ਇਸ ਵਾਸਤੇ ਕੁਰਾਨ ਨੂੰ ਫਰਮਾਇਆ ਯੌਮਾ ਨਦਉ ਕੁੱਲਾ ਉਨਾਸਿਨ ਬੇ ਇਮਾਮਹਿਮ, ਕਿਉਂ ਇੱਕ ਨਬੀ ਇੱਕ ਇਮਾਮ, ਨਬੀ ਕਾ ਕਾਮ ਹੈ ਉਧਰ ਸੇ ਇਧਰ ਲਾਨਾ, ਔਰ ਇਮਾਮ ਕਾ ਕਾਮ ਹੈ ਇਧਰ ਸੇ ਉਧਰ ਪਹੁੰਚਾ। ਔਰ ਦੀਨ ਦੇ 3 ਸ਼ੋਬੇ ਨੇ ਮੇਰੇ ਭਾਈ, ਦੀਨ ਬਣਾਉਣ ਵਾਲਾ, ਦੀਨ ਪਹੁੰਚਾਉਣ ਵਾਲਾ, ਦੀਨ ਬਚਾਉਣ। ਬਚਾਉਣ ਵਾਲੇ ਦੀ ਗਵਾਹੀ ਕਿਤੇ ਗਈ? ਜਦਕਿ ਅਤਾਤਾਂ ਕੁਰਾਨ 'ਚੋਂ 3 ਨੇ, ਵਲੈਤਾਂ ਕੁਰਾਨ 'ਚੋਂ 3 ਨੇ। ਸੂਰਹ ਰਾਤ ਦੀ ਆਖਰੀ ਆਇਤ ਕੁਲ ਕਫਾ ਬਿੱਲਾ ਏ ਸ਼ਹੀਦ ਅੰਬੈਨੀ ਵਬੈ ਨਕੁਮ ਵਮਨ ਇੰਦਾ ਹੂ ਇਲਮੁਲ ਕਿਤਾਬ, ਐ ਮੇਰਾ ਰਸੂਲ ਸੀਨਾ ਤਾਨ ਕੇ ਜ਼ੋਰ ਸੇ ਕਹਿ ਦਿਓ ਮੇਰੀ ਰਿਸਾਲਤ ਕੇ ਦੋ ਗਵਾਹ ਹੈ, ਇੱਕ ਗਵਾਹ ਅੱਲਾ ਹੈ, ਦੂਸਰਾ ਵੋ ਹੈ ਜਿਸ ਕੇ ਪਾਸ ਪੂਰੇ ਕੁਰਾਨ ਕਾ ਇਲਮ ਹੈ। ਸੁਹਾਬੀ ਅਜੇ ਬਣਿਆ ਕੋਈ ਨਹੀਂ, ਕੁਰਾਨ ਅਜੇ ਨਾਜ਼ਲ ਕੋਈ ਨਹੀਂ ਹੋਇਆ, ਤਲਾਸ਼ ਤਾਂ ਕਰੋ ਉਹ ਕੌਣ ਹੈ ਜਿਹੜਾ ਗਵਾਹ ਵੀ ਹੈ ਅਤੇ ਜਿਹਦੇ ਕੋਲ ਕੁਰਾਨ ਦਾ ਇਲਮ ਵੀ ਹੈ। ਉਹ ਹੈ ਕਰੋੜ ਦਰ ਕਰੋੜ ਸਲਾਮ ਜਨਾਬ ਫਿਜ਼ਾ ਤੇਰੀ ਅਜ਼ਮਤ, ਕਰੋੜ ਜ਼ਰਬੇ ਕਰੋੜ ਸਲਾਮ ਜਨਾਬ ਫਿਜ਼ਾ ਤੇਰੀ ਅਜ਼ਮਤ ਤੇ, ਤੇਰੀ ਮੁਅੱਦਤ ਤੇ, ਤੇਰੀ ਮੁਹੱਬਤ ਤੇ, ਆਲੇ ਮੁਹੰਮਦ ਨਾਲ ਤੇਰੇ ਇਸ਼ਕ ਤੇ, ਆਲੇ ਮੁਹੰਮਦ ਨਾਲ ਤੇਰੀ ਵਫਾ ਤੇ, ਆਲੇ ਮੁਹੰਮਦ ਨਾਲ ਤੇਰੀ ਹਯਾ ਤੇ, ਤਮਾਮ ਆਲ ਵਰਲਡ ਮੋਮਿਨੀਨ ਦਾ ਸਲਾਮ, ਸਾਡੀਆਂ ਮਸਤੂਰਾਂ ਦਾ ਸਲਾਮ, ਸਾਡੀਆਂ ਮਾਵਾਂ ਦਾ ਸਲਾਮ, ਸਾਡੀਆਂ ਭੈਣਾਂ ਦਾ ਸਲਾਮ, ਸਾਡੀਆਂ ਧੀਆਂ ਦਾ ਸਲਾਮ, ਸਾਡੇ ਆਬਾਓ ਅਜਦਾਦ ਦਾ ਸਲਾਮ, ਸਾਡਾ ਸਲਾਮ ਕਿਆਮਤ ਤੱਕ ਸਾਡੀ ਨਸਲ ਦਾ ਸਲਾਮ। ਕੋਈ ਸੈਯਦ ਔਰ ਸੈਯਦਜ਼ਾਦੀ ਵੀ ਉਸ ਵਕਤ ਤੱਕ ਜੰਨਤ ਦੀ ਖੁਸ਼ਬੂ ਨਹੀਂ ਸੁੰਘ ਸਕਦਾ ਜਦ ਤੱਕ ਦਿਲ ਦੀਆਂ ਗਹਿਰਾਈਆਂ 'ਚੋਂ ਫਿਜ਼ਾ ਦਾ ਇਤਰਾਮ ਨਾ ਕਰ। ਅਗਰ ਮੁਲਤਾਨ 'ਚ ਜਾਂ ਕੁਰਬੋ ਜਵਾਰ 'ਚ ਜਨਾਬ ਫਿਜ਼ਾ ਸਲਾਮੁਲਾ ਅਲੈਹਾ ਦਾ ਯੌਮ ਮਨਾਇਆ ਜਾਂਦਾ ਹੋਵੇ ਔਰ ਉੱਥੇ ਬੀਬੀ ਫਿਜ਼ਾ ਦਾ ਤਾਬੂਤ ਬਰਾਮਦ ਹੋਵੇ, ਤੋ ਸਭ ਤੋਂ ਪਹਿਲੇ ਸੈਯਦਜ਼ਾਦੀਆਂ ਤਾਬੂਤ ਉਠਾਉਣ, ਔਰ ਕੋਈ ਸੈਯਦਜ਼ਾਦੀ ਐਸੀ ਨਾ ਹੋਵੇ ਜਿਸ ਤਾਬੂਤ ਨੂੰ ਨਾ ਉਠਾਇਆ ਹੋਵੇ, ਭਾਵੇਂ 10 ਮਿੰਟ ਲੇਟ ਵੀ ਹੋ ਜਾਓ, ਫਿਜ਼ਾ ਦੇ ਤਾਬੂਤ ਨੂੰ ਸੈਯਦਜ਼ਾਦੀਆਂ ਉਹ ਜ਼ਰੂਰ ਕੰਧਾ ਦਿਆ ਜੇ।
ਕਿਉਂ ਇਸ ਤੁਹਾਡੇ ਬੜੇ ਹੀ ਜਨਾਜ਼ੇ 'ਚ ਆਏ। ਇਤਨੇ ਜਨਾਜ਼ੇ ਸਹੀਦਾਂ ਦੇ ਸਹਿਜ਼ਾਦੀਆਂ ਦੇ ਕਿਸੇ ਨਹੀਂ ਚਾਹੇ, ਜਿਤਨੇ ਜਨਾਜ਼ੇ ਜਨਾਬੇ ਫਿਜ਼ਾ। ਇਹ ਮੇਰੇ ਖਿਆਲ 'ਚ ਉਹ ਇਸ ਗਾਰ ਆਈ ਇਸੇ ਵਾਸਤੇ ਕਿ ਜਦੋਂ ਇਹਨਾਂ ਨਾਲ ਕੋਈ ਵਫਾ ਨਾ ਕਰੇ ਮੈਂ ਵਫਾ ਕਰਾਂ, ਹੱਦ ਕਰ ਦਿੱਤੀ ਵਫਾ। ਕਰਬਲਾ ਵਾਲਿਆਂ ਨਾਲ ਔਰ ਸ਼ਾਮ ਵਾਲਿਆਂ ਨਾਲ ਜਦੋਂ ਜ਼ਿਕਰ ਅਜ਼ਕਾਰ ਕਰੋ ਤਾਂ ਜਨਾਬੇ ਫਿਜ਼ਾ ਦਾ ਵੀ ਖਸੂਸੀ ਇੰਤਜ਼ਾਮ ਕੀਤਾ। ਜਨਾਬੇ ਫਿਜ਼ਾ ਦੇ ਨਾਂ 'ਤੇ ਨਿਆਜ਼ ਦਾ ਰਿਵਾਜ ਨਹੀਂ। ਜਨਾਬੇ ਫਿਜ਼ਾ ਜਿਹੜੇ ਰੋਜ਼ੇ ਰੱਖੇ ਆਣ, ਅਲੀ ਬਤੂਲ ਹਸਨ ਹੁਸੈਨ ਅਲੈਹਿਮ ਅਸਲਾਮ ਨੇ ਉਹਨਾਂ ਰੋਜ਼ਿਆਂ 'ਚ ਵੀ ਜਨਾਬੇ ਫਿਜ਼ਾ ਸ਼ਾਮਿਲ ਸੀ, ਔਰ ਜਿਹੜੀਆਂ ਸੂਰਹ ਦਾਰ ਦੀਆਂ ਐਤਾਂ ਆਈਆਂ ਨੇ ਉਹਨਾਂ 'ਚ ਵੀ ਜਨਾਬੇ ਫਿਜ਼ਾ ਸ਼ਾਮਿਲ। ਹੱਦ ਦੇ ਵਫਾ ਦੇ ਅਗਰ ਮੇਰੇ ਕੋਲ ਪੁੱਛੋ ਤਾਂ ਮੈਂ ਇਸ ਅਕੀਦੇ ਦਾ ਬੰਦਾ ਕਿ ਜਨਾਬੇ ਫਿਜ਼ਾ ਵਫਾ ਦੇ ਆਖਰੀ ਮੀਨਾਰ ਦਾ, ਹਜ਼ਰਤ ਅੱਬਾਸ ਅਲੀ ਦੇ ਬੇਟੇ ਨੇ, ਇਹ ਵੀ ਤਾਂ ਵੇਖੋ ਫਿਜ਼ਾ ਸੈਯਦਜ਼ਾਦੀ ਨਹੀਂ। ਕੀ ਵਫਾ ਕੀਤੀ, ਇੱਕ ਇਨਕਾਰ ਸਾਰੀ ਜ਼ਿੰਦਗੀ ਰਸੂਲ ਦਾ ਨਹੀਂ ਕੀਤਾ, ਕਿਸੇ ਗੱਲ 'ਚੋਂ ਇਨਕਾਰ ਅਲੀ ਦਾ ਨਹੀਂ ਕੀਤਾ, ਕਿਸੇ ਗੱਲ 'ਚੋਂ ਇਨਕਾਰ ਬਤੂਲ ਦਾ ਨਹੀਂ ਕੀਤਾ, ਕਿਸੇ ਗੱਲ 'ਚੋਂ ਇਨਕਾਰ ਹਸਨ ਓ ਹੁਸੈਨ ਦਾ ਨਹੀਂ ਕੀਤਾ, ਕਿਸੇ ਗੱਲ 'ਚੋਂ ਇਨਕਾਰ ਸੱਜਾਦ ਓ ਬਾਕਰ ਦਾ ਨਹੀਂ ਕੀਤਾ। ਮੈਂ ਪਹਿਣਾ ਖੁਦਾ ਦੀ ਕਸਮੇ ਜਨਾਬੇ ਸਕੀਨਾ ਦੀ ਵੀ ਫਿਜ਼ਾ ਉਂਝੀ ਮੰਨੀ ਹੈ ਜਿਵੇਂ ਬਤੂਲ ਦੀ ਮੰਨਦੀ ਹੈ। ਮਾਂ ਦੇ ਨਾਲ ਵੀ ਦਰਬਾਰ ਗਏ, ਅਗੋ ਤੁਸੀਂ ਬੋਲੋ ਦੀ ਨਾਲ ਵੀ ਦਰਬਾਰ ਗਏ, ਮਾਂ ਦੇ ਨਾਲ 3 ਘੰਟੇ, ਦੀ ਦੇ ਨਾਲ 9 ਘੰਟੇ, ਮਾਂ ਦੇ ਨਾਲ ਸੁਹਾਬੀ ਦੇ ਦਰਬਾਰ ਏ, ਦੀ ਦੇ ਨਾਲ ਸ਼ਰਾਬੀ ਦੇ ਦਰਬਾਰ ਏ, ਮਾਂ ਪੱਟੀਆਂ ਬੰਦੀ ਰਹੀ, ਧੀ ਦਾ ਪਰਦਾ ਬਣਾ ਕੇ ਖਲੋ। ਨੌ ਘੰਟੇ ਖਲੋਤੀਆਂ ਨੇ ਅਲੀ ਬਾਦਸ਼ਾਹ ਦੀਆਂ ਦੀਆਂ, 9 ਘੰਟੇ ਜਨਾਬੇ ਫਿਜ਼ਾ ਖਲੋਤੀ। ਫਰਕ ਕੀ ਹੈ, ਫਰਕ ਇਹ ਮੇਰੇ ਇੰਤਹਾਈ ਵਾਜਬ ਇਤਰਾਮ ਹਾਜ਼ਰੀਨ, ਫਰਕ ਇਹ ਹੈ ਅਲੀ ਦੀਆਂ ਧੀਆਂ ਪਿੱਛੇ ਆ, ਫਿਜ਼ਾ ਅੱਗੇ ਆਈ, ਔਰ ਜਿਸ ਮੂੰਹ ਜੋ ਹੈ ਨਾ ਨਿਕਲੀ ਮੈਨੂੰ ਤਕਲੀਫ ਹੋਵੇਗੀ। ਅਲੀ ਦੀਆਂ ਧੀਆਂ ਕਦੀ ਸੱਜਾ ਕਦੀ ਖੱਬਾ ਕਦਮ ਚਾ ਕੇ ਸਹੀ ਕੱਢਦੀਆਂ ਰਹੀਆਂ ਨੇ, ਫਿਜ਼ਾ 9 ਘੰਟਿਆਂ 'ਚ ਨਾ ਸੱਜਾ ਕਦਮ ਚਾਇਆ ਨਾ ਖੱਬਾ ਕਦਮ ਚਾਇਆ, ਕਿ ਹੋ ਸਕਦਾ ਹੈ ਮੈਂ ਸੱਜਾ ਕਦਮ ਚਾਹਵਾਂ, ਆਲੀਆ ਦਾ ਸੱਜਾ ਕਦਮ ਜ਼ਮੀਨ 'ਤੇ ਹੋਵੇ, ਇਸ ਬੇਗੈਰਤ ਦੀ ਨਜ਼ਰ ਮੇਰੀ ਸਹਿਣ ਦੀ ਜੁੱਤੀ ਦੇ ਨਾਲ ਹੋਵੇ। ਹੱਥ ਗਰਦਨ ਦੇ ਨਾਲ ਵਧੇ ਨੇ, ਔਰ ਫਿਰ ਜਨਾਬੇ ਫਿਜ਼ਾ ਜ਼ਈਫ ਨੇ, ਜ਼ਈਫੀ 'ਚ ਉਹ ਤਾਕਤ
ਕਿਸੇ 'ਚ ਵੀ ਨਹੀਂ ਰਹੀ। ਔਰ ਫਿਰ ਅਲੀਲ ਨੇ, ਸਿਰਫ ਜ਼ਈਫ ਨਹੀਂ ਬਿਮਾਰ ਵੀ, ਔਰ ਸਿਰਫ ਬਿਮਾਰ ਵੀ ਨਹੀਂ ਥੱਕੀ। ਸਾਡੀਆਂ ਨਾਨੀਆਂ ਦਾਦੀਆਂ ਜ਼ਈਫੀ 'ਚ ਉੱਠ ਕੇ ਪਾਣੀ ਦਾ ਗਿਲਾਸ ਆਪ ਨਹੀਂ ਪੀ ਸਕਦੀਆਂ। ਉਹ ਕਿਸੇ ਧੀ ਨੇ ਜਾਂ ਪੁੱਤਰ ਨੂੰ ਜਾਂ ਦਾਮਾਦ ਨੂੰ ਜਾਂ ਕਿਸੇ ਨਾਨੀਆਂ ਨੇ ਮੈਨੂੰ ਪਾਣੀ ਪਿਵਾ ਦਿਆ, ਔਰ ਉਹਨਾਂ ਨੂੰ ਸਹਾਰਾ ਦੇ ਕੇ ਮਸੱਲੇ ਤੱਕ ਲੈ ਜਾਈਦਾ ਔਰ ਬਹਿ ਕੇ ਨਮਾਜ਼ ਪੜ੍ਹਦੀਆਂ। ਤੋ ਜਨਾਬ ਫਿਜ਼ਾ ਜ਼ਈਫ ਵੀ ਨੇ, ਅਲੀਲ ਵੀ ਨੇ, ਬੇਵਤਨ ਵੀ ਨੇ, ਔਰ ਫਿਰ ਜਿਹੜਾ ਆਲੇ ਮੁਹੰਮਦ ਦੇ ਕਤਲ ਦਾ ਸਦਮਾ ਫਿਜ਼ਾ ਨੇ, ਉਹ ਕੋ ਥੋੜ੍ਹਾ ਜਿਹਾ ਸਦਮਾ ਹੈ, ਔਰ ਫਿਰ ਖੈਮੇ ਜਲਨ ਦਾ ਸਦਮਾ, ਫਿਰ ਹੱਥਾਂ 'ਚ ਰੱਸੀਆਂ ਪਾਉਣ ਦਾ ਸਦਮਾ, ਫਿਰ ਹੁਸੈਨ ਦੇ ਬੇਕਫਨ ਹੋਣ ਦਾ ਸਦਮਾ, ਫਿਰ ਹੁਸੈਨ ਦੇ ਬੇਦਫਨ ਹੋਣ ਦਾ ਸਦਮਾ, ਫਿਰ ਦਰਬਦਾਰ ਅਲੀ ਦੀਆਂ ਧੀਆਂ ਦੇ ਨੰਗੇ ਸਰ ਗੁਜ਼ਰਨ ਦਾ ਸਦਮਾ। ਤੋ ਮੈਂ ਤਾਂ ਕਹਿੰਦਾ ਵੀ ਇਹ ਕੋਈ ਮੇਰੀ ਅਕਲ ਕੰਮ ਨਹੀਂ, ਕਿਸੇ ਦੀ ਕਰਦੀ ਹੋਵੇਗੀ ਬਈ, ਮੈਨੂੰ ਕਿਸੇ ਨਾਲ ਕੋਈ ਮੇਰਾ ਮੁਕਾਬਲਾ ਥੋੜ੍ਹਾ। ਮੈਂ ਤਾਂ ਆਪਣੀ ਗੱਲ ਕਰ ਰਿਹਾ ਕਿ ਐਸੇ ਹਾਲਾਤ ਵਿੱਚ ਖਲੋਣਾ ਔਰ ਇਮਾਨ 'ਤੇ ਸਾਬਤ ਕਦਮ ਰਹਿਣਾ ਜਿਹਾ ਬੜਾ ਮੁਸ਼ਕਲ ਜਿਹਾ। 9 ਘੰਟੇ ਗੁਜ਼ਰਨ ਦੇ ਬਾਅਦ ਅਲਾ ਇਲਾਹਨ ਵਾਲਾ ਜ਼ਾਬ ਪੁੱਛਿਆ ਹੈ, ਕਿੱਥੇ ਖਲੋਤੀ ਹੈ ਅਲੀ ਦੀ ਧੀ? ਕੀ ਵਕਤ ਹੋਏਗਾ? ਸ਼ਾਗਿਰਦ ਇਸ ਮਿੱਟੀ 'ਤੇ ਬਹਿ ਕੇ ਰੋਣ ਵਾਲਿਆਂ, ਯਕੀਨ ਕਰੋ, ਜਦੋਂ ਆਖਿਆ ਨਾ ਕਿੱਥੇ ਖਲੋਤੀ ਅਲੀ ਦੀ ਧੀ, 3 ਵਾਰੀ ਮੇਰੇ ਮੌਲਾ ਸੱਜਾਦ ਮੂੰਹ ਦੇ ਬਾਹਰ ਜਾਣੇ ਨੇ, 3 ਵਾਰੀ ਉੱਠੇ ਨੇ, ਅਤੇ ਫਿਰ ਬਾਬੇ ਦੇ ਸਾਰਾ ਮੂੰਹ ਕਰਕੇ ਆਉਂਦੇ ਨੇ, ਬਾਬਾ ਸੌਖੇ ਕੰਮ ਆਪ ਕਰ ਗਏ ਹੋ, ਔਖੇ ਮੇਰੇ ਜ਼ਿੰਮੇ ਲਾ ਗਏ। ਇਹ ਜ਼ਈਫਾ ਦੇ ਪਿੱਛੇ ਖੜੀ ਹੈ। ਯਜ਼ੀਦ ਸ਼ਿਮਰ ਨੂੰ ਪੁੱਛਦਾ ਹੈ, ਜ਼ਈਫਾ ਕੌਣ ਹੈ? ਬਈ ਇਹ ਜ਼ਈਫਾ ਕੌਣ ਹੈ? ਤੋ ਸ਼ਿਮਰ ਆਉਂਦਾ ਹੈ, ਨੇ ਕਨੀਜ਼ ਮਗਰ ਸੜੇਂਦੇ ਮਾਲ, ਨੌਕਰਾਨੀ ਹੈ। ਹਾਂ, ਬੜੇ ਤਜਬ ਨਾਲ ਯਜ਼ੀਦ ਆਉਂਦਾ ਹੈ, ਏਡੀ ਵਫਾਦਾਰ, ਔਖੇ ਵੇਲੇ ਤਾਂ ਆਪਣੇ ਛੋੜ ਜਾਂਦਾ ਹੈ, ਅਖੇ ਇਸ ਨਹੀਂ ਛੋੜਿਆ, ਅਖੇ ਮਾਰਿਆ ਨਾ ਹੈ, ਅਖੇ ਬੜਾ ਮਾਰਿਆ, ਨਹੀਂ ਛੋੜ, ਇਸ ਵਫਾ ਆਪਣੀ ਕਾਇਮ ਰੱਖੀ। ਜਾ ਇਸ ਨੂੰ ਆਖ ਅੱਗੋਂ ਹਟੇ, ਮੇਰੇ ਦਰਬਾਰ 'ਚ ਪਰਦਾ ਕੋਈ ਨਹੀਂ, ਮੈਂ ਹੁਸੈਨ ਨੂੰ ਮਾਰੇ ਗਈ, ਇਸ ਵਾਸਤੇ ਮੈਂ ਆਪਣੀਆਂ ਰਸਮਾਂ ਕਾਇਮ ਕਰਾਂ। ਕਤਲੇ ਹੁਸੈਨ ਦੇ ਬਾਅਦ ਅਜੇ ਪਰਦਾ ਲਗਾ ਫਿਰਦਾ। ਤੋ ਸ਼ਿਮਰ ਬੀਬੀ ਫਿਜ਼ਾ ਨਾਂ ਦਾ ਜ਼ਈਫਾ, ਮੇਰੇ ਹਾਕਮ ਦਾ ਹੁਕਮ ਹੈ, ਪਿੱਛੇ ਹਟ ਜਾ, ਸਰਜਾ ਗਿਆਨ ਦੀ ਇਹ ਜ਼ੁਬਾਨ ਬੰਦ ਕਰ, ਮੈਂ ਹਾਕਮ ਵਕਤ ਦੀ ਕਾਇਲ ਨਹੀਂ, ਮੈਂ ਸਹਿਬੇ ਅਮਰ ਦੀ ਕਾਇਲ ਹਾਂ। ਸ਼ਿਮਰਾਂ ਦਾ ਮੈਂ ਜ਼ੁਲਮ ਕਰਸਾਂ, ਫਿਜ਼ਾਂ ਦੀ ਇਹ ਕਿਹੜਾ ਰਹਿ ਗਏ, ਚੱਲ ਤੂੰ ਆਪਣਾ ਜ਼ੁਲਮ ਅਜ਼ਮਾ, ਮੈਂ ਆਪਣੀ ਮੁਹੱਬਤ ਆ ਦੂੰਗਾ। ਸ਼ੀਆ ਸੁਨੀ ਭਾਈਆਂ, ਉਹ ਜਿਨ੍ਹਾਂ ਨਲੀ ਦੀਆਂ ਧੀਆਂ ਦਾ ਹਯਾ ਨਾਈ, ਫਿਜ਼ਾ ਦਾ ਕਿਹੜਾ ਹਯਾ? ਸਿਮਰ ਸਿਪਾਹੀ ਨਾਂ ਦਾ ਇਨ ਮਾਰ ਕੇ ਪਿੱਛੇ ਹਟਾਓ, ਸ਼ੀਆ ਮੈਂ ਨਲੀ ਦੇ ਆਖਰੀ ਸੈਨੇ ਦੀ ਕਸਮ ਏ, ਜਦਣ ਫਿਜ਼ਾ ਦਿਆਂ ਬਧਿਆ ਹੋਇਆ ਹੱਥਾਂ 'ਤੇ ਤਾਜ਼ੀਆਂ ਨੇ ਲੱਗੇ, ਆਸਮਾਨ ਵਾਲੇ ਪਾਸੇ ਮੂੰਹ ਕਰਕੇ ਆ ਦੀ, ਉਹ ਮੇਰਾ ਸਮੀਂ ਅਲੀ ਮੱਲਾ, ਇਹ ਉਹ ਹੱਥ ਨੇ ਜਿਨ੍ਹਾਂ ਨਾਲ ਮੈਂ ਹੁਸੈਨ ਖਿਡੇਂਦੀ ਰਹੀ, ਮਿਨ ਆਪਣੇ ਮਰੀ ਬਣਦਾ ਨਹੀਂ, ਮਿਨ ਤਾਕਤ ਦੇ ਮੈਂ ਖਲੋਦੀ ਨਾ।
ਜ਼ੈਨਬ ਦਾ ਪਰਦਾ ਬਚ ਜੋ, ਜ਼ੁਲਮ ਹੱਦ ਤੋਂ ਵਧਿਆ, ਇਤਨਾ ਜ਼ੁਲਮ ਵਧਿਆ ਜੋ ਫਿਜ਼ਾ ਦਿਆਂ ਵਧਿਆ ਹੋਇਆ ਹੱਥਾਂ ਚੋਂ ਖੂਨ ਦੇ ਕਤਰੇ ਜ਼ਮੀਨ ਤੇ ਗਿਰੇ। ਕੰਨ ਪਿੱਛੋਂ ਜਨਾਬੇ ਜ਼ੈਨਬ ਦੀ ਆਵਾਜ਼ ਆਈ, ਅੰਮਾ ਹੱਟ ਜਾ ਮੈਂ ਰਾਜ਼ੀ। ਵਾਹ ਅੰਮਾ ਮੈਂ ਰਾਜ਼ੀ, ਮੇਰਾ ਬਾਬਾ ਰਾਜ਼ੀ, ਮੇਰਾ ਨਾਨਾ ਰਾਜ਼ੀ। ਅੰਮਾ ਮੈਂ ਵਾਅਦਾ ਕਰਨੀ ਆ, ਜ਼ਾਕਰ ਕਿਆਮਤ ਤੱਕ ਪੜਦੇ ਰਾਸਣ। ਫਿਜ਼ਾ ਅੱਗੇ ਖਲੋਤੀ ਰਹੀ ਏ, ਜ਼ੈਨਬ ਪਿੱਛੇ ਖਲੋਤੀ ਰਹੀ ਏ। ਅੰਮਾ ਮਰ ਵੈਸੇ ਹਟ ਜਾ, ਜਿਹੜਾ ਬੰਦਾ ਸ਼ੀਆ ਏ ਸ਼ੀਆਂ ਦੇ ਘਰ ਜੰਮਿਆ ਏ, ਮਾਂ ਦੀ ਝੋਲੀ ਚੋਂ ਮਹਿਲਾ ਸੁਣਨ ਲੱਗਾ ਉਹਦਾ ਵੈਣ ਨਾ ਆਇਆ, ਮੈਂ ਸੈਯਦਾ ਮੈਨੂੰ ਦੁੱਖ ਲੱਗੇਗਾ। ਜਦਨ ਤ੍ਰੈ ਵਾਰੀ ਆਖਿਆ ਅੰਮਾ ਹਟ ਜਾ ਮੈਂ ਰਾਜ਼ੀ ਹਾਂ, ਫਿਜ਼ਾ ਰੱਸੀ ਜੋ ਗਰਦਨ ਫੇਰ ਗਿਆ ਦੀਏ ਆਇਸਤਾ ਬੋ ਲੱਗੇ ਲੋਕ ਸ਼ਰਾਬ ਪੀਂਦੇ ਨਾਲੇ ਮਾਂ ਸੜੇ ਨੀ ਏ। ਨਾਲੇ ਮਾ ਸੜੇ ਨੀ ਨਾਲਿਆ ਨੀ ਬਿਜੇ ਹਰ ਔਖੇ ਵੇਲੇ ਮਾਵਾਂ ਦੀਆਂ ਛੁੜੇ ਦੀਆਂ ਇਕਲਾ ਦਾ ਚੁੱਪ ਕਰ ਮੈਂ ਵੱਸ ਲੈਂਦੀ ਹਾਂ। ਬੜੀ ਮੁਸ਼ਕਲ ਦੇ ਨਾਲ ਜਨਾਬੇ ਫਿਜ਼ਾ ਚਿਹਰੇ ਤੋਂ ਵਾਲ ਹਟਾਏ, 70 ਕਦਮ ਤੇ ਹਬਸ਼ੀ ਜਰਨੈਲ ਸਈਦ ਖੜਾ ਆਈ, ਉਹਦੇ ਪਾਸੇ ਵੇਖ ਗਿਆ ਦੀਏ ਸਈਦ ਗੈਰਤ ਗਿਣ ਗਈ। ਸਈਦਾਂ ਦਾ ਤਿੰਨ ਹੋਰ ਮਾਰਨ ਕਿਉਂ ਛੋੜਿਆ ਅਲੀ ਦੀਆਂ ਧੀਆਂ ਨੂੰ, ਫਿਜ਼ਾ ਦੀਏ ਦੱਸਣ ਤੇ ਦਿਲ ਨਾਈ, ਮੇਰੀ ਕਣ ਪਿੱਛੇ ਜ਼ੈਨਬ ਖਲੋਤੀ, ਬਾਗੀ ਨਹੀਂ ਹੁਸੈਨ ਮਾਰਿਆ ਗਿਆ ਕੋਈ ਵਸ ਲੱਗਦਾ ਹੀ ਤੇ ਲਾ। ਸਈਦ ਇਸ਼ਾਰਾ ਕੀਤਾ ਹੈ, ਹਬਸ਼ੀਆਂ ਸਪਾਹੀਆਂ ਤਲਵਾਰਾਂ ਕੱਢ ਲਈਆਂ। ਸਈਦ ਅੱਗੇ ਵੱਧ ਗਿਆ ਦਾ, ਹੁਣ ਨਾ ਮਾਰੀ ਬੇਵਾਰਸ ਨਹੀਂ, ਹੁਣ ਨਾ ਮਾਰੀ ਬੇਵਾਰਸ ਨਹੀਂ। ਸਿਪਾਹੀ ਡਰ ਕੇ ਪਿੱਛੇ ਹਟਿਆ, ਸਕੀਨਾ ਦੌੜ ਕੇ ਉੱਥੇ ਗਈ ਹੈ ਜਿੱਥੇ ਚਾਚੇ ਅੱਬਾਸ ਦਾ ਸਰ ਪਿਆ, ਇੰਜੇ ਮੂੰਹ ਤੇ ਮੂੰਹ ਰੱਖ ਗਿਆ ਦੀਏ ਹੁਣ ਰਾਜ਼ੀ ਏ, ਦਾਈਆਂ ਦੇ ਵਾਰੇ ਸਾਗ ਉਹ ਸਾਰਾ ਜਾਈਆਂ ਦਾ ਵਾਰੇ ਕੋਈ ਨਹੀਂ। ਰਹਿਮਾਨ ਹੈ ਤੇਰੀ ਜੀ। ਜਦਣ ਸਿਪਾਹੀ ਪਿੱਛੇ ਹਟਨੇ, ਮਾਸੂਮਾਂ ਦੌੜ ਕੇ ਉੱਥੇ ਆਈਏ ਜਿੱਥੇ ਚਾਚੇ ਅੱਬਾਸ ਦਾ ਸਰ ਪਿਆ, ਇੰਜੇ ਮੂੰਹ ਤੇ ਮੂੰਹ ਰੱਖ ਗਿਆ ਦੀਏ ਚਾਚਾ ਹੁਣ ਰਾਜ਼ੀ ਏ, ਦਾਈਆਂ ਦੇ ਵਾਰੇ ਸਾਗ ਨਜ਼ਾਰਾ ਜਾਈਆਂ ਦਾ ਵਾਰ। ਰਹਿਮਾਨ ਹੈ ਤੇਰੀ ਜ਼ਾਤ ਰਹੀਮ ਹੈ ਤੇਰੀ ਜ਼ਾਤ, ਯਾ ਅਰਹਾਮ ਰਾਹਿਮੀਨ ਯਾ ਮਾਲਕੁਲ ਮੁਲਕ। ਬਾਨੀਆਂ ਦੀ ਮਿਹਨਤ ਕਬੂਲ ਫਰਮਾ, ਸਾਡੀ ਹਾਜ਼ਰੀ ਕਬੂਲ ਫਰਮਾ, ਬਾਨੀਆਂ ਦੇ ਮਰਹੂਮੀਨ ਦੇ ਦਰਜਾਤ ਨੂੰ ਬੁਲੰਦ ਫਰਮਾ। ਮੇਰੇ ਖਾਲਿਕ ਮੇਰੇ ਮਾਲਕ ਸਾਡੀ ਹਾਜ਼ਰੀ ਕਬੂਲ ਫਰਮਾ, ਮਸਤੂਰਾਂ ਦੀ ਹਾਜ਼ਰੀ ਕਬੂਲ ਫਰਮਾ, ਇਸ ਤੋਂ ਜ਼ਿਆਦਾ ਤੌਫੀਕ ਅਤਾ ਫਰਮਾ। ਵਿਲਾਏ ਅਲੀ ਔਰ ਰੱਬੇ ਅਲ ਬੈਤ ਤੇ ਕਾਇਮ ਦਾਇਮ ਫਰਮਾ, ਵਲੀ ਉਲ ਅਮਰ ਦਾ ਜ਼ਹੂਰ ਫਰਮਾ, ਬੇ ਰਹਿਮਤ ਕਯਾ ਅਰਹਾਮਰ ਰਾਹਿਮੀਨ। ਕੱਲ੍ਹ ਦਾ ਐਲਾਨ ਸਟੇਜ ਸਾਹਿਬ ਸਾਹਿਬ ਤੁਹਾਨੂੰ ਸੁਣਾ ਦਿੰਦੇ ਨੇ, ਬਾਕੀ ਮੋਮਨੀ ਨੂੰ ਹੀ ਦੱਸ ਦਿਆ। السلام عليك يا نبي الله، السلام عليك يا رسول الله، السلام عليك يا حبيب الله،
السلام علیکہ یا بعیس الہدا.